ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਸੋ ਆਪਣਾ ਕੁਸ਼ਚਨ ਹੈ, ਵਾਈ ਦੀ ਵੇਪਰ ਪ੍ਰੈਸ਼ਰ ਆਫ ਸੋਲਿਊਸ਼ਨ ਆਫ ਗਲੂਕੋਜ਼ ਇਨ ਵਾਟਰ ਇਜ਼ ਲੋਅਰ ਦੈਨ ਆਫ ਪਿਓਰ ਵਾਟਰ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਪਿਓਰ ਵਾਟਰ ਦੀ, ਪਿਓਰ ਵਾਟਰ ਦੇ ਵਿੱਚ ਕੀ ਹੁੰਦਾ? ਪਿਓਰ ਵਾਟਰ, ਪਿਓਰ ਵਾਟਰ ਦੇ ਵਿੱਚ ਮੰਨ ਲਓ ਕਿ ਪਿਓਰ ਵਾਟਰ, ਇਹਦੇ ਵਿੱਚ ਕੋਈ ਪਿਓਰ ਵਾਟਰ, ਇਹਦੇ ਵਿੱਚ ਕੀ ਹੁੰਦਾ? ਜਿਹੜਾ ਇੰਟਾਇਰ ਸਰਫੇਸ ਹੁੰਦਾ ਉਹ ਕਿਹਦੇ ਦੁਆਰਾ ਕਵਰ ਕੀਤੀ ਜਾਂਦੀ ਹੈ? ਵਾਟਰ ਮੋਲੀਕਿਊਲਸ ਦੁਆਰਾ, ਵਾਟਰ ਮੋਲੀਕਿਊਲਸ ਨੇ ਕਵਰ ਕੀਤੀ ਹੋਈ ਹੈ। ਸੋ ਜਦੋਂ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਗਲੂਕੋਜ਼ ਐਡ ਕਰਦੇ ਹਾਂ, ਸੋ ਗਲੂਕੋਜ਼ ਮੰਨ ਲਓ ਇਹਦੇ ਵਿੱਚ ਐਡ ਕੀਤਾ, ਸੋ ਜਦੋਂ ਇਹਦੇ ਵਿੱਚ ਗਲੂਕੋਜ਼ ਐਡ ਕੀਤਾ ਆਪਾਂ, ਸੋ ਗਲੂਕੋਜ਼ ਕੀ ਹੈ? ਇੱਕ ਨੋਨ ਵੋਲੇਟਾਈਲ ਸਲਿਊਟ ਹੈ, ਨੋਨ ਵੋਲੇਟਾਈਲ ਸਲਿਊਟ। ਨੋਨ ਵੋਲੇਟਾਈਲ ਸਲਿਊਟ ਕੀ ਹੁੰਦੇ ਨੇ? ਜਿਹੜੇ ਈਜ਼ਲੀ ਵੇਪਰ ਦੇ ਵਿੱਚ ਕਨਵਰਟ ਨਹੀਂ ਹੁੰਦੇ ਉਹ ਨੋਨ ਵੋਲੇਟਾਈਲ ਹੁੰਦੇ ਨੇ। ਸੋ ਜਦੋਂ ਆਪਾਂ ਇਹਦੇ ਵਿੱਚ ਪਿਓਰ ਵਾਟਰ ਦੇ ਵਿੱਚ ਗਲੂਕੋਜ਼ ਨੂੰ ਐਡ ਕਰਦੇ ਹਾਂ ਤਾਂ ਉਹਦੇ ਵਿੱਚ ਉਹਦੇ ਕਰਕੇ ਕੀ ਹੁੰਦਾ? ਉਹਦੇ ਜਦੋਂ ਆਪਾਂ ਡਿਸੋਲਵ ਕਰਦੇ ਹਾਂ ਤਾਂ ਜਿਹੜੀ ਫ੍ਰੈਕਸ਼ਨ ਆਫ ਸਰਫੇਸ ਕਵਰ ਜਿਹੜੀ ਸੋਲਵੈਂਟ ਮੋਲੀਕਿਊਲਸ ਦੀ, ਕਿੰਨੀ ਰਿਡਿਊਸ ਹੋ ਜਾਂਦੀ ਹੈ? ਕਿਉਂਕਿ ਪਹਿਲਾਂ ਤਾਂ ਸਿਰਫ ਜੇ ਵਾਟਰ ਮੋਲੀਕਿਊਲਸ ਪਿਓਰ ਲਿਕਵਿਡ ਦੇ ਵਿੱਚ ਕੀ ਹੁੰਦਾ, ਸਿਰਫ ਵਾਟਰ ਮੋਲੀਕਿਊਲਸ ਨੇ ਸਰਫੇਸ ਨੂੰ ਇਹਦੀ ਨੂੰ ਕਵਰ ਕੀਤਾ ਹੁੰਦਾ, ਪਰ ਜਦੋਂ ਆਪਾਂ ਇਹਦੇ ਵਿੱਚ ਗਲੂਕੋਜ਼ ਨੂੰ ਐਡ ਕਰ ਦਿੰਦੇ ਹਾਂ ਤਾਂ ਇਹਦੀ ਜਿਹੜੀ ਸਰਫੇਸ ਹੈ ਉਹ ਕੁਛ ਗਲੂਕੋਜ਼ ਵੀ ਇਹਦੀ ਸਰਫੇਸ ਕਵਰ ਕਰ ਲੈਂਦਾ। ਸੋ ਇੱਥੇ ਜਿਹੜੀ ਇਹਦੀ ਸਰਫੇਸ ਹੈ ਉਹ ਗਲੂਕੋਜ਼ ਵੀ ਕਵਰ ਕਰ ਲੈਂਦਾ। ਸੋ ਜਦੋਂ ਗਲੂਕੋਜ਼ ਇਹਦੀ ਸਰਫੇਸ ਨੂੰ ਕਵਰ ਕਰ ਲੈਂਦਾ ਤਾਂ ਕੀ ਹੁੰਦਾ? ਜਿਹੜੇ ਨੰਬਰ ਆਫ ਮੋਲੀਕਿਊਲਸ ਐਸਕੇਪ ਕਰਦੇ ਨੇ ਸਰਫੇਸ ਨੂੰ, ਮੀਨਸ ਛੱਡ ਕੇ ਵਾਟਰ ਵੇਪਰਸ, ਵੇਪਰਸ ਕਨਵਰਟ ਹੁੰਦੇ ਜਿਹੜੇ ਵਾਟਰ ਮੋਲੀਕਿਊਲਸ, ਉਹ ਕੀ ਹੋ ਜਾਂਦੇ? ਘੱਟ ਹੋ ਜਾਂਦੇ ਜਦੋਂ ਆਪਾਂ ਇਹਦੇ ਵਿੱਚ ਗਲੂਕੋਜ਼, ਪਿਓਰ ਲਿਕਵਿਡ ਦੇ ਵਿੱਚ ਗਲੂਕੋਜ਼ ਨੂੰ ਐਡ ਕਰ ਦਿੰਦੇ ਹਾਂ, ਕਿਉਂਕਿ ਗਲੂਕੋਜ਼ ਕੀ ਹੈ? ਨੋਨ ਵੋਲੇਟਾਈਲ ਸਲਿਊਟ ਹੈ। ਸੋ ਇਹਦੇ ਕਰਕੇ ਕੀ ਹੁੰਦਾ? ਵੇਪਰ ਪ੍ਰੈਸ਼ਰ ਜਿਹੜਾ ਹੁੰਦਾ ਐਕੁਅਸ ਸੋਲਿਊਸ਼ਨ ਜਿਹੜਾ ਜਿਹਦੇ ਵਿੱਚ ਗਲੂਕੋਜ਼ ਹੁੰਦਾ ਉਹਦਾ ਵੇਪਰ ਪ੍ਰੈਸ਼ਰ ਘੱਟ ਜਾਂਦਾ। ਸੋ ਇਹਨੂੰ ਆਪਾਂ ਕੀ ਕਹਿ ਸਕਦੇ? ਜਦੋਂ ਜਿਹੜਾ ਪਾਰਟ ਹੈ ਵਾਟਰ ਸਰਫੇਸ ਦਾ ਉਹ ਵਾਟਰ ਪਿਓਰ ਵਾਟਰ ਦੇ ਵਿੱਚ ਕੀ ਹੁੰਦਾ? ਆਕੂਪਾਈ ਕੀਤਾ ਜਾਂਦਾ ਵਾਟਰ ਮੋਲੀਕਿਊਲਸ ਦੇ ਨਾਲ। ਸੋ ਜਦੋਂ ਇਹਦੇ ਵਿੱਚ ਗਲੂਕੋਜ਼ ਐਡ ਕੀਤਾ, ਨੋਨ ਵੋਲੇਟਾਈਲ ਸਲਿਊਟ ਐਡ ਕੀਤਾ, ਤਾਂ ਜਿਹੜੀ ਇਹਦੀ ਕੀ ਹੋ ਜਾਂਦਾ? ਡਿਕਰੀਜ਼ ਹੋ ਜਾਂਦਾ ਇਫੈਕਟਿਵ ਸਰਫੇਸ ਫੋਰ ਦੀ ਵੇਪਰਾਈਜੇਸ਼ਨ ਆਫ ਵਾਟਰ ਮੋਲੀਕਿਊਲ। ਸੋ ਇਹਦਾ ਮੇਨ ਰੀਜ਼ਨ ਕੀ ਹੈ? ਜਦੋਂ ਆਪਾਂ ਗਲੂਕੋਜ਼ ਨੂੰ ਐਡ ਕਰਦੇ ਹਾਂ, ਡਿਕਰੀਜ਼ ਦੀ ਇਫੈਕਟਿਵ ਸਰਫੇਸ ਏਰੀਆ ਫੋਰ ਵੇਪਰਾਈਜੇਸ਼ਨ ਆਫ ਵਾਟਰ ਮੋਲੀਕਿਊਲ। ਸੋ ਇਹ ਡਿਕਰੀਜ਼ ਕਰ ਦਿੰਦਾ ਇਫੈਕਟਿਵ ਸਰਫੇਸ ਏਰੀਆ, ਜਿਹੜਾ ਕਿ ਵਾਟਰ ਜਿਹਦੇ ਰਾਹੀਂ ਕਿ ਵਾਟਰ ਵੇਪਰਸ ਦੇ ਵਿੱਚ ਕਨਵਰਟ ਹੋ ਜਾਂਦਾ, ਕਿਉਂਕਿ ਹੁਣ ਗਲੂਕੋਜ਼ ਨਹੀਂ ਹੋਈ ਉਹਦੀ ਸਰਫੇਸ ਏਰੀਆ ਕਵਰ ਕਰ ਲਿਆ। ਸੋ ਇਹਦੇ ਕਰਕੇ ਕੀ ਹੁੰਦਾ? ਜਿਹੜਾ ਵੇਪਰ ਪ੍ਰੈਸ਼ਰ ਸੋਲਿਊਸ਼ਨ ਜਿਹਦੇ ਵਿੱਚ ਕਿ ਗਲੂਕੋਜ਼ ਹੈ ਉਹ ਘੱਟ ਦਿੰਦਾ। ਸੋ ਵੇਪਰ ਪ੍ਰੈਸ਼ਰ ਆਫ ਸੋਲਿਊਸ਼ਨ ਆਫ ਗਲੂਕੋਜ਼ ਇਨ ਵਾਟਰ ਡਿਕਰੀਜ਼ਿਸ ਵਾਟਰ, ਇਹ ਲੋਅਰ ਹੋ ਜਾਂਦਾ। ਓਕੇ, ਥੈਂਕ ਯੂ।